ਦੇਖ ਰਹੇ ਹਾਂ ਇਹ ਸੱਚ ਨਹੀਂ। ਗੁਰੂ ਸਾਹਿਬ ਕਹਿੰਦੇ ਜੋ ਤੈਨੂੰ ਨਹੀਂ ਦਿਸਦਾ ਉਹ ਸੱਚ ਹੈ, ਤੂੰ ਝੂਠ ਤੇ ਜੰਮਿਆ ਪਿਆ। ਸਾਰੇ ਦੇਖ ਲਓ, ਸੂਰਜ ਚੜ੍ਹਦਾ ਹੈ ਨਾ, ਛਿਪਦਾ ਹੈ ਨਾ, ਕਿੱਧਰੋਂ ਆਉਂਦਾ ਸੂਰਜ? ਚੜ੍ਹਦੇ ਪਾਸੇ। ਛਿਪਦਾ ਕਿੱਧਰ ਹੈ? ਲੈਂਦੇ ਪਾਸੇ। ਬਿਲਕੁਲ ਸੱਚ ਹੈ ਪਰ ਵਿਗਿਆਨੀ ਕਹਿੰਦੇ ਬਿਲਕੁਲ ਝੂਠ ਹੈ। ਸੂਰਜ ਕੋਈ ਘੁੰਮਦਾ ਨਹੀਂ, ਧਰਤੀ ਘੁੰਮਦੀ ਹੈ। ਦੱਸੋ ਦਿਸਦੀ ਧਰਤੀ ਘੁੰਮਦੀ? ਦਿਸਦੀ ਕਿਸੇ ਨੂੰ? ਸੂਰਜ ਘੁੰਮਦਾ ਦਿਸਦਾ। ਆ ਗਿਆ ਸਵੇਰੇ, ਆ ਨਿਕਲਾਇਆ, ਆ ਇੱਥੇ ਪਹੁੰਚ ਗਿਆ, ਆ ਉੱਪਰ ਆ ਗਿਆ, ਆ ਇੱਧਰ ਚਲਾ ਗਿਆ। ਪਰ ਇਹ ਸੱਚ ਹੈ, ਇਹ ਝੂਠ ਹੈ। ਸੱਚ ਕੀ ਹੈ? ਧਰਤੀ ਘੁੰਮਦੀ ਹੈ। ਪੜ੍ਹੇ ਲਿਖੇ ਸਾਰੇ, ਸਾਰਿਆਂ ਨੂੰ ਪਤਾ ਵੀ ਕੋਈ ਸੂਰਜ ਨਹੀਂ ਘੁੰਮਦਾ। ਸੂਰਜ ਆਪਣੀ ਤਾਂ ਥਾਂ 'ਤੇ ਖੜ੍ਹਾ ਹੈ, ਧਰਤੀ ਘੁੰਮਦੀ ਹੈ ਪਰ ਦਿਸਦੀ ਨਹੀਂ। ਦ੍ਰਿਸ਼ਟਮਾਨ ਹੈ ਸਗਲ ਬਿਨਾਸੀ। ਇਹ ਬੜਾ ਵੱਡਾ ਭਰਮ ਹੈ। ਕੋਈ ਵੀ ਨਹੀਂ ਸੰਸਾਰ ਦਾ ਪਸ਼ੂ ਪੰਛੀ ਬੰਦਾ ਕੋਈ ਨਹੀਂ ਮੰਨੇਗਾ ਵੀ ਧਰਤੀ ਘੁੰਮਦੀ, ਦਿਸਦੀ ਹੀ ਨਹੀਂ। ਦਿਸਦਾ ਤਾਂ ਸੂਰਜ ਘੁੰਮਦਾ। ਪਰ ਜਿਨ੍ਹਾਂ ਨੇ ਇਸ ਤੋਂ ਉੱਪਰ ਉੱਠ ਕੇ ਵੇਖਿਆ ਹੈ ਨਾ, ਜਿਨ੍ਹਾਂ ਇੱਥੇ ਵੇਖਿਆ ਉਹਨਾਂ ਲਈ ਧਰਤੀ ਸੂਰਜ ਘੁੰਮਦਾ ਹੈ। ਪਰ ਜਿਹੜੇ ਇਸ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੇ ਵੇਖਿਆ ਮੰਡਲ ਦੇ ਵਿੱਚ ਵਾਸਾ ਕਰਕੇ ਅਤੇ ਵੇਖਿਆ ਤਾਂ ਧਰਤੀ ਘੁੰਮਦੀ ਫਿਰਦੀ ਹੈ। ਆਖੋ ਸੀ ਵਾਹਿਗੁਰੂ, ਇਹ ਸੂਰਜ ਨਹੀਂ ਘੁੰਮਦਾ। ਐਡੇ ਐਡੇ ਭਰਮ ਸਾਨੂੰ ਪਏ ਹੋਏ ਨੇ। ਅਸੀਂ ਸੱਚ ਨੂੰ ਝੂਠ ਮੰਨਿਆ ਹੋਇਆ, ਝੂਠ ਨੂੰ ਸੱਚ। ਇਹ ਕਲਯੁਗ ਦੇ ਲੱਛਣ ਹੈ। ਕਰਵੇ ਕੋ ਮਿੱਠਾ ਕਹੇ, ਮਿੱਠੇ ਕੋ ਕਰਵਾ। ਕੌੜੇ ਨੂੰ ਕਹੇਗਾ ਬੜਾ ਸਹੀ ਹੈ, ਮਿੱਠਾ ਹੈ, ਮਿੱਠੇ ਨੂੰ ਕਹੇਗਾ ਬਹੁਤ ਕੜਵਾ ਹੈ। ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ। ਖੋਟੇ ਨੂੰ ਕਹੇਗਾ ਖਰਾ, ਕਲਯੁਗ ਵਿੱਚ ਖਰੇ ਦੀ ਸਾਰ ਨਹੀਂ ਜਾਣੇਗਾ, ਮਹਾਂਪੁਰਖਾਂ ਦੀ ਸਾਰ ਨਹੀਂ ਜਾਣੇਗਾ, ਬੰਦਗੀ ਵਾਲਿਆਂ ਦੀ ਨਹੀਂ ਜਾਣੇਗਾ, ਪਖੰਡੀਆਂ ਪ੍ਰਚਾਰਕਾਂ ਗਿਆਨੀਆਂ ਮੌੜਵੀਆਂ ਬਾਹਮਣਾਂ ਦੇ ਮਗਰ ਭੱਜਾ ਫਿਰੇਗਾ। ਜਿਹੜਾ ਜਿਹੜਾ ਜਿੰਨਾ ਵੱਡਾ ਪਖੰਡ ਕਰੇਗਾ ਉਨੇ ਵੱਡੇ ਲੋਕ ਉਹਦੇ ਪਿੱਛੇ ਹੋਣਗੇ। ਕਿੱਡਾ ਵੱਡਾ ਭਾਂਡਾ ਤੁਸੀਂ ਫੜਦਾ ਵੇਖਿਆ? ਕਿੱਡੇ ਕਿੱਡੇ ਵੱਡੇ ਭਾਂਡੇ ਫੜਦੇ ਵੇਖੇ ਆ, ਅਤੇ ਵੇਖਿਆ ਕਿ ਨਿਕਲਿਆ ਕੀ? ਕਿੱਡਾ ਕਿੱਡਾ ਜੱਗ ਪੂਜਦਾ ਸੀ, ਮਰਨ ਮਰਨ ਨੂੰ ਤਿਆਰ ਸੀ, ਸਾਰਾ ਸੰਸਾਰ ਖੜਾ ਸੀ ਕਿ ਅਸੀਂ ਮਾਰੀ ਜਾਣਾ ਹੈ। ਪਰ ਪਰਮਾਤਮਾ ਤੂੰ ਬੇਅੰਤ ਹੈ। ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੇ। ਜਿਹੜਾ ਅੰਨਾ ਹੈ ਜਿਹਨੂੰ ਦਿਸਦਾ ਨਹੀਂ ਉਹ ਪਾਰਖੂ ਬਣਿਆ ਬੈਠਾ ਹੈ। ਇਹ ਕਲਯੁਗ ਦੇ ਲੱਛਣ ਨਹੀਂ? ਉਹ ਪਾਰਖੂ ਉਹ ਪੂਰੀਆਂ ਤੋਲ ਤੋਲ ਕੇ ਦੱਸ ਰਿਹਾ ਜਿਹਨੂੰ ਦਿਸਦਾ ਹੀ ਨਹੀਂ। ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ। ਸੁੱਤੇ ਨੂੰ ਕਹਿੰਦੇ ਜਾਗਦਾ ਹੈ, ਸੁੱਤੇ ਪਏ ਆ। ਮਹਾਂਪੁਰਸ਼ ਨਾਮ ਦਾ ਰੰਗਿਆ ਕੋਈ ਸੁੱਤਾ ਵੀ ਪਿਆ ਹੋਵੇ ਨਾ, ਪਰ ਉਹ ਜਾਗਦਾ ਹੈ। ਬਾਬਾ ਜੀ ਕਦੀ ਇੱਧਰ ਕਦੀ ਇੱਧਰ ਬਰਾਗਣ 'ਤੇ, ਸੰਤ ਸੁਜਾਨ ਸਿੰਘ ਜੀ ਕੀਰਤਨ ਕਰਦੇ ਵੀ ਬਾਬਾ ਜੀ ਸੌਂ ਗਏ। ਬਾਬਾ ਜੀ ਕਹਿੰਦੇ ਉਹ ਭਾਈ ਜੀ, ਭਾਈ ਜੀ ਜਾਗ। ਆਖੋ ਸ੍ਰੀ ਵਾਹਿਗੁਰੂ। ਸੰਤ ਸੁਜਾਨ ਸਿੰਘ ਕਹਿੰਦੇ ਮੈਂ ਕਿਹਾ ਵੀ ਬਾਬਾ ਜੀ ਸੌਂ ਗਏ। ਬਾਬਾ ਜੀ ਕਹਿੰਦੇ ਮੈਨੂੰ ਬੋਲੇ ਉਲਟਾ, ਭਾਈ ਜੀ ਕੀ ਕਰਦਾ ਪਿਆ? ਇਹ ਕੀਰਤਨ ਕਰਦਾ ਕੀ ਕਰਦਾ ਪਿਆ? ਜਾਗ। ਬੜੀਆਂ ਤਾੜ ਤਾੜਨਾ ਕੀਤੀ ਅਤੇ ਕਹਿੰਦਾ ਫਿਰ ਮੈਨੂੰ ਖਿਆਲ ਆਇਆ, ਉਸ ਜਾਣ ਸਿਆ ਬਾਬਾ ਆਨੰਦ ਸਿੰਘ ਨਹੀਂ ਸੁੱਤੇ, ਤੂੰ ਸੁੱਤਾ ਪਿਆ। ਸੁੱਤੇ ਕੋ ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ।
जीवत को मुआ कहे मुए नाही रोता। मरे पे जड़े लगे फिर दे मरदार इन्हों रोंदा नहीं भी मेरे परिवार मेरा प्यो मेरी मां मेरी भैन भाई किसी न किसी च जान नहीं हैगी मरे पे ने ते कौन कहे गुरु जी मोयो कौन कहेगा संत मुए क्या रोइए कौन कहे महापुरखा ने कहा तू मार सकदा है मेरे शरीर नू मार सकदा मेरी आत्मा अमरी मैं उथी तेनू फड़ लेना है शरीर नू तू मार सकदा है महापुरशा ने सिकंदर नू कहा तू साडे शरीर नू मार सकदा है सानू नहीं तू मार सकदा तू बादशाह हिंदुस्तान दा बहुत दुनिया राजे महाराजे मार मार के राज भाग कायम कीता ही पर पता नहीं तेरा अंत कित्थे हो जाना तेरे नाल कोई जी जानी के नहीं जानी खाली हाथ जाएगा सिकंदरा सारी दुनिया ते झंडे चलाउण वालिया इहदे गुरु ने कहा सी सिकंदरा जे तू हिंदुस्तान चलिया है ना ते हिंदुस्तान महापुरशां पीरां फकीरां बड़ियां पकंबरां गुरुआं पीरां दी धरती है उत्थे जहर पीर गुरु नानक साहब होए ने इस धरती ते जहरा पीर गुरु नानक साहब होए कहन लगे ओ बड़ियां पीरां पकंबरां दी सिकंदरा धरती है गुरुआं पीरां दी बड़े बड़े पीर पकंबर होए गुरु नानक साहब तो पहलो भी एक हिंदुस्तान दा संत नाल ले आवी ए मेरे वल्लों है उन्हूं याद आया सारी दुनिया जित ली पुछया कि महापुरश कहिंदे कमाई वाले ने नदी दे कंडे ते रहिंदी आ चौंपड़ी पाई हुई है ओ वड्डी कमाई वाले महापुरख ने उन्हें कहा सिकंदर ने संतां नूं मिलन वास्ते संत मिले ना कहिंदे कौ हिंदुस्तान दा बादशाह कहिंदे होएगा जिथे मर्जी तुरिया फिरे मैं की लैणा बादशाह तो बादशाह कहिंदा मैं तेनू लै जांगा फड़ के मैं नाल लैके ओह कहिंदे तू कोई नहीं कर सकदा मेरा फिर बादशाह दे फिर संतां दे जिहड़े बचन बादशाह नाल होए ते बादशाह दे फिर ओह हिंदे च घर घर के कि सिकंदरा तू जिमें मर्जी राज भाग दुनिया सारी जित लईए पर अजे सच्चे नाम तो बगैर तू हारिया ही होया है तू हार के चलिया है सिकंदरा तू दुनिया जित के नहीं चलिया महापुरशां ने सच दृढ़ाता ओ सिकंदरा तू सब कुछ हार के चलिया है तो सच दिसदा की ये सिकंदर जित के चलिया है महापुरश कहते सिकंदरा तेनू भरमे तू जित के नहीं जा रहा तू हार के जा रहा इन्ना मार कुटाई इन्हें झंडे तेरे नाल जाना कख भी नहीं जाना तेरा शरीर नहीं जाना खाली हाथ जाएगा फिर इनू अंत वेले इन्हें कहा सी मेरे बाहां तो हाथ मेरे मेरी जो लैके जाओगे मैनू दफनाउण वास्ते मेरे हाथ बार खाली रखियो कि दुनिया वेख ले सारी दुनिया ते राज करन वाला सिकंदर भी खाली हाथ जा रही है प्रताप वड्डा गुरु नानक दा ये परम ने सानू बहुत जारे पे होए असी परमा दे बारे पए हां सच नहीं सानू दिसदा आवत को जाता कहे जाते को आया जड़ी चीज आउंदी उन्हूं कहिंदा चली गई जड़ी चली गई उन्हूं कहिंदी आ गई मेरे को ये गुरबाणी थां थां ते समझा रही है पर की को अपनी कहे अपनो नहीं पराइया चीजा नू अपनिया बनाई बैठा जेड़ियां खुद अपनिया ने वो इनू पौंदियां नहीं गियां
मीठे को कौड़ा कहे गे कड़ुए को मीठा। मीठे नु कौड़ा किंदा है, सच नाम मिठा है, सेवा मिठी है, निम्रता गरीबी मिठी है, संतोख मिठा है, इनू तो कौड़े समझ के छड़ी बैठा है। ते काम क्रोध लोह मोहकार मद मान झूठ तृष्णा आसा चिंता ये सचियां करके बैठा है। इन्हां नू मिठियां मुड़ा के बैठा, मिठियां यार मिठी है इन्दे लई, अमृत कौड़ा है बिखिया मिठी है, अमृत कौड़ा बिखिया मिठी, सागत की बिद नैनो डिठी। राते की निंदा करे ऐसा कल मैं डिठा। शायद गुरु साहब दे शब्द बहुत डूंगे आ, बड़ी महंगी बाणी, आप इत विश्राम देने आ। ए पंक्ति का अर्थ करना सी कि राते की निंदा करे, जिहड़ा रब दे नाल रंगिया होया उंदी करेगा निंदा। ये मैं कलयुग विच ऐसा वेख्या है, आखो सी टुटिया दी, मनमुखा दी, बेमुखा दी, प्रिष्ट मनुखा दी उस्तत करेगा, राते की निंदा करेगा। रंग विच रत्या नू माड़ा बोलणगे, निंदिया करनगे। ये कलयुग विच मैं अखी वेख्या है कि ये कुछ हो रहा है। प्रताप वड़ा पड़ो जी गुरु नानक दा, प्रताप वड़ा गुरु नानक दा, प्रताप वड़ा गुरु नानक दा।